ਬੜੇ ਦਿਨਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਬਈ ਇੱਥੇ ਇਲੀਗਲ ਕੰਮ ਆ ਜਿਹੜਾ ਮਾਈਨਿੰਗ ਦਾ ਹੋ ਰਿਹਾ ਅੱਗੇ ਤੋਂ ਇਹ ਇਲੀਗਲ ਮਾਈਨਿੰਗ ਨਾ ਹੋ ਸਕੇ ਇਹਨੂੰ ਰੋਕਿਆ ਜਾਵੇ ਜਿਨ੍ਹਾਂ ਕੋਲ ਵੀ ਮੰਤਰੀ ਮਾਈਨਿੰਗ ਵਿਭਾਗ ਆ ਉਹ ਜ਼ਰੂਰ ਆ ਕੇ ਇੱਥੇ ਚੈੱਕ ਕਰਨ ਸਰਕਾਰ ਤੋਂ ਬਗੈਰ ਤਾਂ ਕੁਛ ਚੱਲ ਨਹੀਂ ਸਕਦਾ ਤੇ ਉਹ ਸਰਕਾਰ 'ਚ ਕਿਹੜਾ ਕਿਹੜਾ ਭਾਈਵਾਲ ਆ ਇਹਦਾ ਸੱਚ ਆ ਕੇ ਉਹਨੇ ਜ਼ਰੂਰ ਕੱਢੋ ਲੋਕਲ ਜਿਹੜੀ ਲੀਡਰਸ਼ਿਪ ਆ ਉਹਨੇ ਮੈਨੂੰ ਦੱਸਿਆ ਪਿੰਡਾਂ ਵਾਲਿਆਂ ਨੇ ਤਾਂ ਮੈਨੂੰ ਆਪ ਅੱਜ ਆਉਣਾ ਪਿਆ ਇਸ ਕਰਕੇ ਇਹਦਾ ਜ਼ਰੂਰ ਇਹ ਭਾਂਡਾ ਹੈ ਜਿਹੜਾ ਇਹ ਅਸੀਂ ਸਾਰਾ ਭੰਨਿਆ ਹੈ ਇਹ ਆਮ ਆਦਮੀ ਸਰਕਾਰ ਦਾ ਦੇਖੋ ਇਸ ਵੇਲੇ ਮੈਂ ਕਹਿੰਦਾ ਇੱਕ ਵੱਜ ਚੁੱਕਿਆ ਇਸ ਵੇਲੇ ਜਿਹੜਾ ਪਿੰਡ ਆ ਜਗਰਾਓਂ ਹਲਕੇ ਦਾ ਬਹਾਦਰ ਕੇ ਅਤੇ ਅਸੀਂ ਇੱਥੇ ਆਏ ਸੀ ਅਤੇ ਹੁਣੇ ਹੀ ਅਸੀਂ ਚਲੋ ਲੋਕਲ ਬੰਦੇ ਹੁੰਦੇ ਆ ਉਹ ਤਾਂ ਕੰਮ ਕਰਦੇ ਸੀ ਰੋਕਣੀਆਂ ਏ ਕਿਉਂਕਿ ਉਹ ਤਾਂ ਕਿਸੇ ਦੇ ਲਾਏ ਹੁੰਦੇ ਆ ਅਤੇ ਜਗਰਾਓਂ ਹਲਕੇ ਜਿਹੜੀ ਬਹੁਤ ਵੱਡੀ ਮਾਈਨਿੰਗ ਆ ਜਿਹੜੀ ਇਹ ਬਹਾਦਰ ਕੇ ਪਿੰਡ 'ਚ ਐਨ ਮੌਕੇ 'ਤੇ ਇਹ ਆਖਰੀ ਪਿੰਡ ਆ ਜਗਰਾਓਂ ਹਲਕੇ ਦਾ ਬੜੇ ਦਿਨਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਬਈ ਇੱਥੇ ਇਲੀਗਲ ਕੰਮ ਆ ਜਿਹੜਾ ਮਾਈਨਿੰਗ ਦਾ ਹੋ ਰਿਹਾ ਅਤੇ ਤੁਸੀਂ ਜ਼ਰੂਰ ਦੇਖੋ ਕਿਸ ਤਰੀਕੇ ਨਾਲ ਇਹ ਸਾਰੀਆਂ ਖੱਡਾਂ ਅੱਜ ਵੀ ਤੁਸੀਂ ਦਿਖਾਓ ਸਾਰਾ ਕਿਸ ਤਰੀਕੇ ਨਾਲ ਰੇਤਾ ਹੈ ਜਿਹੜਾ ਇੱਥੋਂ ਆ ਦੇਖੋ ਕਿਸ ਤਰੀਕੇ ਨਾਲ ਇੱਧਰ ਵੀ ਆ ਸਾਰਾ ਮੈਂ ਕਹੂੰਗਾ ਵੀ ਸਵੇਰੇ ਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਸਾਰਾ ਦੇਖੇ ਆ ਕੇ ਵੀ ਇੰਨਾ ਰੇਤਾ ਤਕਰੀਬਨ ਜੋ ਮੇਰੇ ਕੋਲ ਇਨਫੋਰਮੇਸ਼ਨ ਅੱਜ ਉਹ ਇੱਥੋਂ 20 ਤੋਂ 30 ਟਰਾਲੀਆਂ ਟਰੈਕਟਰ ਨੇ ਜਿਹੜੇ ਉਹ ਇੱਥੇ ਲੱਗਦੇ ਆ ਆਹ ਟਰਾਲੀਆਂ ਹੁਣੀ ਆਹ ਦੇਖੋ ਰਾਹ ਤੋਂ ਭਜਾ ਕੇ ਜਿਹੜੀਆਂ ਹੈ ਇਹ ਇਸ ਪਾਸੇ ਆਹ ਦੇਖੋ ਕਿਸ ਤਰੀਕੇ ਨਾਲ ਮਾਈਨਿੰਗ ਆ ਜਿਹੜੀ ਇੱਥੇ ਇਲੀਗਲ ਕੋਈ ਵੀ ਇਹ ਸਰਕਾਰ ਦੀ ਮਨਜ਼ੂਰਸ਼ੁਦਾ ਖੱਡ ਨਹੀਂ ਗੀ ਇੱਥੇ ਟੋਟਲ ਜਿਹੜੀ ਰਾਤ ਨੂੰ ਆ ਉਹ ਮਾਈਨਿੰਗ ਕੀਤੀ ਜਾ ਰਹੀ ਆ ਬਹੁਤ ਦਿਨਾਂ ਦੀ ਤਕਰੀਬਨ ਇਹ ਪਿਛਲੇ ਮੈਨੂੰ ਲੱਗਦਾ 20 ਦਿਨਾਂ ਦੀ ਇਹ ਇਲੀਗਲ ਮਾਈਨਿੰਗ ਆ ਜਿਹੜੀ ਇੱਥੇ ਚੱਲ ਰਹੀ ਆ ਅਤੇ ਆ ਹਾਲਾਤ ਦੇਖੋ ਵੀ ਕਿਸ ਤਰੀਕੇ ਨਾਲ ਜਿਵੇਂ ਇੱਕ ਇੱਕ ਪੂਰੀ ਟਰਾਲੀ ਦਾ ਜਿਹੜਾ ਇਹ ਘੇਰਾ ਬਣਾ ਕੇ ਇੱਥੋਂ ਪੱਟਿਆ ਹੋਇਆ ਏ ਆ ਇੱਧਰਲੇ ਪਾਸੇ ਦੇਖੋ ਟਰਾਲੀ ਲਾ ਕੇ ਇੱਕ ਇੱਕ ਟਰਾਲੀ ਲਾ ਕੇ ਜਿਹੜਾ ਰੇਤਾ ਏ ਇੱਥੋਂ ਪੱਟਿਆ ਗਿਆ ਹੈ ਵੀ ਹੁਣ ਅਸੀਂ ਤੁਹਾਨੂੰ ਵਾਪਸ ਜਿਹੜਾ ਉਹ ਲੈ ਕੇ ਜਾਂਦੇ ਹਾਂ ਰਾਹ ਦਿਖਾਉਂਦਾ ਜਾਂ ਜ਼ਰੂਰ ਟਰਾਲੀ ਦੇ ਟਾਇਰ ਦਿਖਾਉਂਦਾ ਜਾਂ ਸਾਰੇ ਆ ਤਾਜ਼ੇ ਟਾਇਰ ਨੇ ਆ ਦੇਖੋ ਇੱਧਰ ਦੇਖੋ ਕਿੰਨੀ ਕਿੰਨੀ ਡੂੰਘੀ ਮਾਈਨਿੰਗ ਆ ਜਿਹੜੀ ਇੱਥੇ ਇਹ ਸਤਲੁਜ ਦਰਿਆ ਦੇ ਵਿੱਚ ਹੋ ਰਹੀ ਆ ਆ ਦੇਖੋ ਆ ਦੂਰ ਦੂਰ ਤੱਕ ਅਤੇ ਇੱਧਰ ਹੁਣ ਆ ਜਾਓ ਜਿਹੜਾ ਇਹਨਾਂ ਨੇ ਰਾਹ ਬਣਾਇਆ ਇੱਧਰੋਂ ਰਾਹ ਬਣਾ ਕੇ ਇੱਕ ਹੋਰ ਤੁਹਾਨੂੰ ਦਿਖਾਉਂਦਾ ਮੈਂ ਮੌਕੇ 'ਤੇ ਹੁਣੀ ਕਿਉਂਕਿ ਕੁਛ ਬੰਦੇ ਸਰਕਾਰ ਦੇ ਵੀ ਜਿਹੜੇ ਉਹ ਨਾਲ ਰਲ ਕੇ ਤਾਜ਼ਾ ਜਿਹੜਾ ਹੈ ਉਹ ਰਾਹ ਬੰਦ ਕਰਾ ਕੇ ਗਏ ਨੇ ਵੀ ਇੱਥੋਂ ਪਤਾ ਹੀ ਨਾ ਲੱਗੇ ਵੀ ਅੱਗੇ ਟਰਾਲੀਆਂ ਗਈਆਂ ਨੇ ਜਦੋਂ ਸਾਡੀਆਂ ਗੱਡੀਆਂ ਆਈਆਂ ਤਾਂ ਉਹ ਇੱਕਦਮ ਆਹ ਜਿਹੜਾ ਰਾਹ ਦਿਖਾਓ ਵੀ ਕਿਸ ਤਰੀਕੇ ਨਾਲ ਕਰਾਹ ਲਾ ਕੇ ਆਹ ਵਾਹ ਕੇ ਗਏ ਨੇ ਹੁਣੀ ਉੱਥੇ ਆ ਦਿਖਾਇਆ ਤਾਜ਼ਾ ਦੇਖੋ ਵੀਡੀਓ ਹੋਰ ਤੁਸੀਂ ਕੈਮਰੇ 'ਚ ਬਣਾਉਂਦੇ ਰਹੋ ਆਹ ਕਰਾ ਆਹ ਹੁਣ ਬਈ ਇੱਥੇ ਕੋਈ ਰਾਹ ਨਹੀਂ ਗਾ ਅੱਗੇ ਉਹੀ ਟਰਾਲੀਆਂ ਦਾ ਇੱਥੋਂ ਰਾਹ ਹੈ ਇੱਥੇ ਤੱਕ ਜਿਹੜਾ ਹੈ ਉਹ ਹਲ ਨਾਲ ਵਾਹ ਕੇ ਗਏ ਨੇ ਇੱਕਦਮ ਅਤੇ ਉਦੋਂ ਬਾਅਦ ਆਹ ਦੇਖੋ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਇਹ ਦਰਿਆ ਤੋਂ ਅਸੀਂ ਹੁਣ ਬਾਹਰ ਨਿਕਲ ਰਹੇ ਹਾਂ ਦੇਖੋ ਆਹ ਇੰਨਾ ਇੱਕ ਮਿੰਟ ਇੱਥੇ ਆਹ ਦਿਖਾਉਣ ਵਾਲੀ ਚੀਜ਼ ਆ ਇੱਧਰ ਆਓ ਇਹ ਹੁਣੀ ਕਰਾਹ ਲਾ ਕੇ ਤਾਜ਼ਾ ਆ ਸਾਡੇ ਪੈਰ ਨੇ
ਕਰਾਹ ਲਾ ਕੇ ਉਹ ਰਾਹ ਤੋਂ ਆ ਰਾਹ ਰੋਕ ਕੇ ਗਏ ਨੇ ਵੀ ਅੱਗੇ ਸਾਡੀਆਂ ਗੱਡੀਆਂ ਪਹੁੰਚ ਨਾ ਸਕਣ। ਆ ਹੁਣੀ ਕਰਾਹ ਲਾ ਕੇ ਇਹ ਮਿੱਟੀ ਉਹ ਸੜਕ ਇੰਨੀ ਰਹਿ ਗਈ ਇੰਨੀ ਥੱਲੇ ਅਤੇ ਇੰਨੀ ਇੰਨੀ ਮਿੱਟੀ ਮੂਹਰੇ ਵੀ ਅਸੀਂ ਕੁਛ ਚਿਰ ਲੇਟ ਹੋ ਜਾਈਏ ਆ ਇੰਨਾ ਮੂਹਰੇ ਰਾਹ ਬੰਦ ਕਰਨ ਨੂੰ ਤਾਜ਼ਾ। ਆ ਦੇਖੋ ਇਹ ਚਾਰ ਚਾਰ ਫੁੱਟ ਚੱਕ ਕੇ ਮਿੱਟੀ ਸਾਈਡਾਂ ਤੋਂ ਇਹ ਰਾਹ ਬੰਦ ਕੀਤਾ ਵੀ ਗੱਡੀਆਂ ਅੱਗੇ ਦਰਿਆ 'ਚ ਜਾ ਨਾ ਸਕਣ। ਇਹ ਇਹਦੀ ਜਵਾਬਦੇਹੀ ਲੋਕਲ ਜਿਹੜਾ ਮਾਈਨਿੰਗ ਵਾਲੇ ਆ ਜਿਹੜੀ ਲੋਕਲ ਪੁਲਿਸ ਆ ਉਹਨਾਂ ਨੂੰ ਜ਼ਰੂਰ ਸਬੂਤ ਆ ਜਿਹੜੇ ਸਾਰੇ ਉਹ ਅਸੀਂ ਦੇਵਾਂਗੇ। ਅੱਗੇ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਉਹਨੂੰ ਕਵਰ ਕੀਤਾ ਹੈ। ਦੇਖੋ ਨਾਲ ਇਹ ਵੀ ਆ ਵੀ ਕਿੰਨੇ ਟ੍ਰੇਨਡ ਨੇ ਇੱਕਦਮ ਵੀ ਉਹ ਜਿਹੜੇ ਟਰਾਲੀਆਂ ਕਿਉਂਕਿ ਅੱਗੇ ਕਿਉਂਕਿ ਜਲੰਧਰ ਨਾਲ ਆ ਜਾਂਦਾ ਹੈ ਉਹ ਉਸ ਪਾਸੇ ਨੂੰ ਦਰਿਆ ਉਦਰਾ ਅੱਗੇ ਲੈ ਕੇ ਕੱਢ ਕੇ ਉਹ ਸਾਡਾ ਮਕਸਦ ਵੀ ਨਹੀਂ ਸੀ ਉਹਨਾਂ ਨੂੰ ਕੋਈ ਕਿਉਂਕਿ ਲੋਕਲ ਟਰੈਕਟਰਾਂ ਵਾਲੇ ਨੇ ਕੰਮ ਕਰਦੇ ਆ ਪਰ ਸਾਡਾ ਮਕਸਦ ਸਿਰਫ ਇਹ ਬਹਾਦਰ ਕੇ ਪਿੰਡ ਆ ਜਿਹੜਾ ਇੱਥੇ ਇਲੀਗਲ ਮਾਈਨਿੰਗ ਜਿਹੜੀ ਚੱਲ ਰਹੀ ਆ। ਆਹ ਦੇਖੋ ਫਿਰ ਆ ਇੱਥੇ ਆਹ ਦਿਖਾਓ ਕਿਵੇਂ ਇਹਨਾਂ ਨੂੰ ਰਾਂਚ ਸਿੱਟ ਕੇ ਇਹ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਆਹ ਸਾਡੀਆਂ ਜਿਹੜੀਆਂ ਗੱਡੀਆਂ ਹੈ ਉਹ ਇੱਥੇ ਤੱਕ ਆ ਸਕੀਆਂ ਕਿਉਂਕਿ ਆਹ ਰਾਹ ਜਿਹੜਾ ਇੱਕਦਮ ਇਹਨਾਂ ਨੇ ਆਹ ਬੰਦ ਕੀਤਾ ਟਰੈਕਟਰ ਭਜਾਉਣ ਤੋਂ ਪਹਿਲਾਂ ਵੀ ਥੋੜ੍ਹਾ ਇਹਨਾਂ ਨੂੰ ਟਾਈਮ ਲੱਗ ਜੇ ਅਤੇ ਅਸੀਂ ਟਰੈਕਟਰ ਦਰਾ ਦਰਾ 'ਚ ਅੱਗੇ ਭਜਾ ਕੇ ਲੈ ਜਾਈਏ। ਇਹ ਕੰਮ ਬਹੁਤ ਮਾੜਾ ਹੈ ਪਹਿਲਾਂ ਹੀ ਰੋਸ਼ ਸ਼ਿਕਾਇਤਾਂ ਆ ਰਹੀਆਂ ਖਬਰਾਂ ਲੱਗ ਰਹੀਆਂ ਸੀ ਅਤੇ ਮੈਂ ਐਸ ਐਸ ਪੀ ਸਾਹਿਬ ਨੂੰ ਅਤੇ ਸਾਡੇ ਡੈਪਟੀ ਕਲੈਕਟਰ ਉਹਨਾਂ ਨੂੰ ਕਹਿਣਾ ਵੀ ਆਪਣੀ ਟੀਮ ਜ਼ਰੂਰ ਇੱਥੇ ਭੇਜਣ ਅਤੇ ਦੇਖਣ ਵੀ ਕਿੰਨਾ ਅਤੇ ਕਿੰਨੇ ਦਿਨ ਦਾ ਕਿਉਂਕਿ ਸਾਰੇ ਨਾਲ ਦੇ ਪਿੰਡਾਂ ਵਾਲੇ ਜਿਨ੍ਹਾਂ ਨੇ ਸਾਨੂੰ ਦੱਸਿਆ ਉਹ ਜ਼ਰੂਰ ਸਾਰਿਆਂ ਦੱਸਣਗੇ ਵੀ ਕਿੰਨੇ ਦਿਨ ਤੋਂ ਇੱਥੇ ਟਰੈਕਟਰ ਕਿੰਨੇ ਕਿੰਨੇ ਚੱਲ ਰਹੇ ਸੀ ਅੱਗੇ ਤੋਂ ਇਹ ਇਲੀਗਲ ਮਾਈਨਿੰਗ ਨਾ ਹੋ ਸਕੇ ਇਹਨੂੰ ਰੋਕਿਆ ਜਾਵੇ। ਬਹੁਤ ਭਾਰੀ ਨੁਕਸਾਨ ਆ ਜਿਹੜਾ ਇਹ ਸਤਲੁਜ ਦਰਿਆ 'ਚੋਂ ਜਿਹੜਾ ਇਹ ਸਾਡਾ ਇਹ ਕਰ ਰਹੇ ਆ ਅਤੇ ਇਹ ਸਰਮਾਇਆ ਬਚਣਾ ਹੈ ਕਿਤੇ ਮੁੜ ਕੇ। ਆਹ ਸਭ ਟਰੈਕਟਰਾਂ ਦੇ ਨਿਸ਼ਾਨ ਨੇ ਦੇਖੋ ਤਾਜ਼ੇ ਅਤੇ ਮੈਂ ਇਸ ਵੇਲੇ ਇਸੇ ਕਰਕੇ ਵੀ ਇਹ ਸਾਡੀਆਂ ਚੀਜ਼ਾਂ ਧਰੋਹਰ ਨੇ ਬਚ ਸਕਣ ਇਹਨਾਂ ਨੂੰ ਬਚਾ ਕੇ ਰੱਖਣਾ ਸਾਡਾ ਫਰਜ਼ ਆ ਅਤੇ ਜਿਹੜੇ ਥੋੜ੍ਹੀਆਂ ਥੋੜ੍ਹੇ ਪੈਸੇ ਪਿੱਛੇ ਲੋਕਲ ਸਰਕਾਰ ਆ ਜਿਹੜੀ ਉਹ ਕਹਿੰਦੀ ਤਾਂ ਬੜੀਆਂ ਗੱਲਾਂ ਹੈ ਪਰ ਮੈਂ ਇਸ ਵੇਲੇ ਲਾਈਵ ਹੋ ਕੇ ਮੁੱਖ ਮੰਤਰੀ ਸਾਹਿਬ ਨੂੰ ਜਿਨ੍ਹਾਂ ਕੋਲ ਵੀ ਮੰਤਰੀ ਮਾਈਨਿੰਗ ਵਿਭਾਗ ਆ ਉਹ ਜ਼ਰੂਰ ਆ ਕੇ ਇੱਥੇ ਚੈੱਕ ਕਰਨ। ਮੰਤਰੀ ਜੀ ਮੈਨੂੰ ਲੱਗਦਾ ਜਿਹੜੇ ਜੇਲ੍ਹ ਮਿਨਿਸਟਰ ਨੇ ਬੈਂਸ ਸਾਹਿਬ ਸ਼ਾਇਦ ਉਹਨਾਂ ਕੋਲ ਮਾਈਨਿੰਗ ਮਹਿਕਮਾ ਅਤੇ ਜੇ ਤੁਸੀਂ ਮਾੜਾ ਜਿਹਾ ਵੀ ਤੁਸੀਂ ਕਹਿੰਦੇ ਹੋ ਵੀ ਸਾਡੀ ਬਦਲਾਅ ਦੀ ਸਰਕਾਰ ਆ ਅਤੇ ਇੱਥੇ ਬਹਾਦਰ ਕੇ ਜਗਰਾਓ ਆ ਕੇ ਇਹ ਦੇਖਣ ਰਾਤ ਦਾ ਸਮਾਂ ਕਿਸੇ ਵੇਲੇ ਕੱਢਣ ਆ ਕੇ ਵੀ ਉਰੇ ਕਿਸ ਤਰੀਕੇ ਨਾਲ ਜਗਰਾਓ ਏਰੀਏ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਉਹ ਚੱਲ ਰਹੀ ਆ। ਆਹ ਤਾਜ਼ਾ ਜਿਹੜਾ ਇਹ ਤੁਹਾਡੇ ਮੂਹਰੇ ਆ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਇਹ ਸਬੂਤ ਤੁਹਾਡੇ ਸਾਰੇ ਮੂਹਰੇ ਆ ਕਿਉਂਕਿ ਅਸੀਂ ਰੋਕੇ ਸੀ ਕਿਸੇ ਇਹ ਨਹੀਂ ਸੀ ਬਈ ਅਸੀਂ ਕੋਈ ਕਿਉਂਕਿ ਟਰਾਲੀਆਂ ਵਾਲੇ ਲੋਕਲ ਬੰਦੇ ਸੀ ਜਿਨ੍ਹਾਂ ਨੂੰ ਲੋਕਲ ਇਹ ਖੜ੍ਹੇ ਕਰਦੇ ਆ ਵੀ ਉਹਨਾਂ ਨਾਲ ਕੋਈ ਵਿਵਾਦ ਹੋਵੇ ਅਸੀਂ ਉਹਨਾਂ ਦਾ ਚਿਹਰੇ ਨਹੀਂ ਮੂਹਰੇ ਲਿਆਉਣਾ ਚਾਹੁੰਦੇ ਸੀ ਵੀ ਉਹਨਾਂ ਨਾਲ ਕੋਈ ਲੜਾਈ ਹੋਵੇ ਸਾਡੀ ਸਿਕਿਉਰਿਟੀ ਵਾਲਿਆਂ ਦੀ ਜਾਂ ਪੁਲਿਸ ਵਾਲਿਆਂ ਦੀ। ਇਸ ਕਰਕੇ ਅਸੀਂ ਸਿਰਫ ਤੁਹਾਨੂੰ ਇਹ ਦੱਸਿਆ ਤਾਜ਼ੀ ਮਾਈਨਿੰਗ ਆ ਜਿਹੜੀ ਉਰੇ ਹੋ ਰਹੀ ਆ ਤੁਸੀਂ ਆਪਣੇ ਮਹਿਕਮਿਆਂ ਰਾਹੀਂ ਇਹ ਪਤਾ ਲਾ ਸਕਦੇ ਹੋ ਅਤੇ ਜਲਦੀ ਤੋਂ ਜਲਦੀ ਆ ਕੇ ਦੇਖੋ ਵੀ ਕਿੰਨੇ ਦਿਨ ਅਤੇ ਕਿੰਨੇ ਕਰੋੜਾਂ ਦਾ ਜਿਹੜਾ ਹੈ ਇੱਥੇ ਘਪਲਾ ਜਿਹੜਾ ਹੋਇਆ ਅਤੇ ਕਿਹਨੇ ਕਿਹਨੇ ਇਹ ਜਗਰਾਓਂ 'ਚ ਆਮ ਆਦਮੀ ਪਾਰਟੀ ਨੇ ਸਰਕਾਰ ਤੋਂ ਬਗੈਰ ਤਾਂ ਕੁਛ ਚੱਲ ਨਹੀਂ ਸਕਦਾ ਅਤੇ ਉਹ ਸਰਕਾਰ 'ਚ ਕਿਹੜਾ ਕਿਹੜਾ ਭਾਈਵਾਲ ਆ ਇਹਦਾ ਸੱਚ ਆ ਕੇ ਉਰੇ ਜ਼ਰੂਰ ਕੱਢੋ। ਅਤੇ ਮੈਂ ਸਵੇਰੇ ਇਸ ਗੱਲ ਦੀ ਆਪਣੇ ਵੱਲੋਂ ਲਿਖਤੀ ਜਿਹੜੀ ਸ਼ਿਕਾਇਤ ਆ ਉਹ ਡੀ ਸੀ ਸਾਹਿਬ ਅਤੇ ਐਸ ਐਸ ਪੀ ਨੂੰ ਕਰੂੰਗਾ ਅਤੇ ਦੇਖਦੇ ਆਉਣ ਵਾਲੇ ਕਿੰਨੇ ਦਿਨਾਂ ਦੇ ਵਿੱਚ ਉਹ ਸਾਰੀ ਸੱਚਾਈ ਆ ਜਿਹੜੀ ਉਹ ਸਾਡੇ ਲੋਕਾਂ ਦੇ ਮੂਹਰੇ ਰੱਖਦੇ ਆ। ਪਰ ਬਹੁਤ ਮਾੜੀ ਗੱਲ ਆ ਬਹੁਤ ਨਿੰਦਣਯੋਗ ਆ। ਮੇਰੇ ਕੋਲ ਲੋਕਾਂ ਦੀ ਰੋਜ਼ ਟੈਲੀਫੋਨ ਆਉਂਦੇ ਸੀ ਵੀ ਸਾਡੀਆਂ ਪਿੰਡਾਂ ਦੀਆਂ ਸੜਕਾਂ ਜਦੋਂ ਟਰਾਲੀਆਂ ਨਿੰਘਦੀਆਂ ਰਾਤ ਨੂੰ ਲਗਾਤਾਰ ਭਰ ਕੇ ਸਾਡੀਆਂ ਸੜਕਾਂ ਟੁੱਟ ਰਹੀਆਂ ਸਾਡੇ ਰਾਤ ਨੂੰ ਇਹ ਨਹੀਂ ਪਤਾ ਇੰਨੀ ਉੱਚੀ ਉੱਚੀ ਗਾਣੇ ਡੈੱਕ ਲਾ ਕੇ ਜਿਹੜੀਆਂ ਹੈ ਉਹ ਟਰਾਲੀਆਂ ਨਿੰਘਦੀਆਂ ਹੈ ਅਤੇ ਕਿਸੇ ਵੇਲੇ ਵੀ ਕੋਈ ਬਜ਼ੁਰਗ ਰਾਤ ਨੂੰ ਜਾਂ ਕੋਈ ਵੀ ਨਿਕਲਦਾ ਹੈ ਬਾਹਰ ਉਹਦਾ ਕੋਈ ਹਾਦਸਾ ਹੋ ਸਕਦਾ ਹੈ। ਅਤੇ ਇੱਕ ਰਾਹ 'ਚ ਰੋਕਿਆ ਅਤੇ ਦੂਜਾ ਰਾਹ ਵਰਤ ਲਿਆ ਦੂਜੇ ਰਾਹ 'ਚ ਰੋਕਿਆ ਤਾਂ ਉੱਥੇ ਦਾ ਪੰਚ ਖਾਸ ਤੌਰ 'ਤੇ ਇੱਥੇ ਦੀ ਇੱਕ ਪੁਲਿਸ ਦੇ ਚੌਂਕੀ 'ਚੋਂ
ਉਹਨੂੰ ਧਮਕਾਇਆ ਗਿਆ ਉਸ ਪੰਚ ਨੂੰ ਵੀ ਜੇ ਤੂੰ ਇਸ ਮਾਈਨਿੰਗ ਦੇ ਬਾਰੇ ਬੋਲਿਆ ਤਾਂ ਤੂੰ ਦੇਖਦਾ ਜਾਈ। ਉਹ ਜਦੋਂ ਉਹਨੇ ਮੈਨੂੰ ਦੱਸਿਆ ਅਤੇ ਲੋਕਲ ਜਿਹੜੀ ਲੀਡਰਸ਼ਿਪ ਆ ਉਹਨੇ ਮੈਨੂੰ ਦੱਸਿਆ ਪਿੰਡਾਂ ਵਾਲਿਆਂ ਨੇ, ਤਾਂ ਮੈਨੂੰ ਆਪ ਅੱਜ ਆਉਣਾ ਪਿਆ। ਅਤੇ ਇਸ ਕਰਕੇ ਇਹਦਾ ਜ਼ਰੂਰ ਇਹ ਭਾਂਡਾ ਹੈ ਜਿਹੜਾ ਇਹ ਅਸੀਂ ਸਾਰਾ ਭੰਨਿਆ ਹੈ, ਇਹ ਆਮ ਆਦਮੀ ਸਰਕਾਰ ਦਾ। ਅਤੇ ਇਹਦਾ ਸਪਸ਼ਟ ਜਿਹੜਾ ਇਹ ਫੈਸਲਾ ਹੈ ਕਰੋ ਵੀ ਕਿੰਨੀ ਭਾਰੀ ਇੱਥੇ ਲੁੱਟ ਆ ਜਿਹੜੀ ਅੱਜ ਤੱਕ ਹੋਈ ਆ।